ਗੱਲ ਕਾਂਗਰਸ ਦੀ ਉਸ ਚਿੱਠੀ ਦੀ ਜਿਹੜੀ ਕਾਂਗਰਸ ਨੇ ਇਲੈਕਸ਼ਨ ਕਮਿਸ਼ਨ ਨੂੰ ਲਿਖੀ ਹੈ ਪੰਜਾਬ ਦੇ ਵਿੱਚ ਈਡੀ ਦੀ ਕਾਰਵਾਈ ਛਾਪੇ ਮਾਰੀ ਜਿਸ ਤਰੀਕੇ ਜਾਰੀ ਸੀਗੀ ਉਸ ਈਡੀ ਦੀ ਕਾਰਵਾਈ ਦਾ ਮੁੱਦਾ ਚੋਣ ਕਮਿਸ਼ਨ ਦੇ ਕੋਲ ਕਾਂਗਰਸ ਨੇ ਹੁਣ ਚੁਕ ਦਿੱਤਾ ਹੈ ਪਾਰਟੀ ਦੇ ਕੌਮੀ ਮੀਡੀਆ ਇੰਚਾ ਹਰਨਦੀਪ ਸੁਰਜੇਵਾਲ ਦੀ ਅਗਵਾਈ ਦੇ ਵਿੱਚ ਪਾਰਟੀ ਦੇ ਵਫਦ ਨੇ ਚੋਣ ਕਮਿਸ਼ਨ ਨੂੰ ਮੰਗ ਪੱਤਰ ਸੌਂਪਿਆ ਮੰਗ ਕੀਤੀ ਕਿ ਇਸ ਤਰੀਕੇ ਦੀ ਕਾਰਵਾਈ ਨੂੰ ਫੌਰਨ ਰੋਕਿਆ ਜਾਵੇ ਚੋਣ ਕਮਿਸ਼ਨ ਨੂੰ ਲਿਖੇ ਗਏ ਮੰਗ ਪੱਤਰ ਦੇ ਵਿੱਚ ਪਾਰਟੀ ਨੇ ਪੰਜਾਬ ਦੇ ਵਿੱਚ ਕੀਤੀ ਕਾਰਵਾਈ ਤੇ ਸਵਾਲ ਖੜੇ ਕੀਤੇ ਨੇ ਪੰਜਾਬ ਦੇ ਵਿੱਚ ਨਜਾਇਜ਼ ਰੇਟ ਮਾਈਨਿੰਗ ਦੇ ਮਾਮਲੇ ਉਜ ਐਨਫੋਰਸਮੈਂਟ ਡਾਇਰੈਕਟਿਡ ਦੀ ਰੇਡ ਤੇ ਕਮਸਾਂ ਹੰਚਾ ਹੋਇਆ ਰੇਡ ਦੇ ਖਿਲਾਫ ਕਾਂਗਰਸ ਸ਼ੋਨ ਕਮਿਸ਼ਨ ਦੇ ਕੋਲ ਪਹੁੰਚ ਗਈ ਕਾਂਗਰਸ ਨੇ ਕਿਹਾ ਕਿ ਇਹ ਰੇਡ ਸਿਆਸਤੋਂ ਪ੍ਰੇਰਿਤ ਹੈ ਇਸ ਲਈ ਇਸ ਬਾਰੇ ਵਿੱਚ ਈਡੀ ਨੂੰ ਹੁਕਮ ਜਾਰੀ ਕੀਤੇ ਜਾਣੇ ਚਾਹੀਦੇ ਨੇ ਕਾਂਗਰਸ ਦੇ ਵੱਲੋਂ ਚੋਣ ਕਮਿਸ਼ਨ ਦੇ ਕੋਲ ਰਣਦੀਪ ਸੁਰਜੇਵਾਲਾ ਅਭਿਸ਼ੇਕ ਮਨੂ ਸਿੰਘਵੀ ਤੇ ਹਰੀਸ਼ ਚੌਧਰੀ ਪਹੁੰਚੇ ਉਹਨਾਂ ਦਾ ਕਹਿਣਾ ਸੀ ਕਿ ਰੇਟ ਦੇ ਰਾਹੀਂ ਸੀਐਮ ਚੰਨੀ ਅਤੇ ਕਾਂਗਰਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਢੀ ਜਾ ਰਹੀ ਹੈ ਕਾਂਗਰਸ ਨੇ ਕਿਹਾ ਕਿ ਕਮਿਸ਼ਨ ਨੇ ਆਪਣੇ ਪੱਧਰ ਤੇ ਮਾਮਲੇ ਦੀ ਜਾਣਕਾਰੀ ਲੈ ਕੇ ਸੁਣਵਾਈ ਦਾ ਭਰੋਸਾ ਦਿੱਤਾ ਹੈ ਕੀ ਕਹਿ ਰਹੇ ਰਣਦੀਪ ਸੁਰਜੇਵਾਲਾ ਨੇ ਇਹ ਸੁਣਦੇ ਹਮਨੇ ਬਾਕਾਇਦਾ ਭਾਰਤ ਕੇ ਚੁਨਾਵ ਆਯੋਗ ਕੋ ਕਹਾ ਕਿ ਅਬ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ दोनों साठ गांठ करके पंजाब के अंदर सरदार चरणजीत सिंह चन्नी मुख्यमंत्री पंजाब के खिलाफ एक घटिया सस्ता और बेबुनियाद षड्यंत्र करने में लगे हैं बदनाम करने की साजिश कर रहे हैं क्योंकि उन्हें मालूम है कि चुनाव की हार सामने है और चुनाव की हार सामने देखकर अब वो बदनाम करने के षड्यंत्र में लगे हैं केजरीवाल जी का तो यह चरित्र ही रहा है पहले उन्होंने अरुण जेटली पर इल्जाम लगाए बाद में अदालत में उससे माफी मांगी पंजाब में पिछली बार मजीठिया पर इल्जाम लगाए फिर माफी मांगी और, और मान साहब ने भगवंत मान जी ने तो इस्तीफा भी दिया